ਸੀਗੀ ਅਤੇ ਅੱਗੂ ਜੀਤੀ ਵਰਦਾਨ ਜਿਹੜਾ ਹੈਗਾ ਸੀਗਾ ਅਤੇ ਮੁੰਡੇ ਇਕੱਠੇ ਜੀਤੀ ਖੜ੍ਹਾ ਸੀਗਾ ਮੋੜ 'ਤੇ ਹੀ ਅਤੇ ਇਹਨੇ ਲਲਕਾਰਾ ਮਾਰਿਆ ਅਤੇ ਸਾਰੇ ਮੁੰਡੇ ਨੇ ਕਿਹਾ ਇਹਨੂੰ ਪਕੜ ਲਓ ਮੈਨੂੰ ਵੀ ਬਹੁਤ ਮਾਰਿਆ ਮੇਰੀ ਲੱਤ ਵੀ ਤੋੜਤੀ ਇਹਨਾਂ ਅਤੇ ਮੇਰੇ ਸਿਰ ਦੇ ਵਿੱਚ ਰਾੜ ਮਾਰੀ ਆ ਅਤੇ ਮੇਰੇ ਘਰਦਿਆਂ ਨੂੰ ਵੀ ਪਿੱਠ ਦੇ ਵਿੱਚ ਲੱਤਾਂ ਮਾਰਦੇ ਰਿਹਾ ਮੇਰੇ ਵੀ ਮਾਰੀਆਂ ਮੇਰੀ ਦੀਦੀ ਤਾਂ ਗੋਲੀਆ ਹੈਗਾ ਉਹਨੂੰ ਅਤੇ ਉਹ ਸਾਈਡ 'ਤੇ ਹੋ ਗਈ ਸੀਗੀ ਅਤੇ ਮੇਰੇ ਕਾਰਲੀ ਮੇਰੇ ਉੱਤੇ ਆ ਕੇ ਡਿੱਗੀ ਲੱਤਾਂ ਮਾਰਦੇ ਰਹੇ ਪਿੱਠ ਦੇ ਵਿੱਚ ਵੀ ਮੈਨੂੰ ਇਹ ਵੀ ਦਾਖਲਾ ਜੀ ਮੈਂ ਵੀ ਦਾਖਲਾ ਸਾਨੂੰ ਸਭ ਸਹੀ ਰਹੀ ਅਤੇ ਪਰਚਾ ਆਉਣਾ ਚਾਹੀਦਾ ਇਹਨਾਂ ਦੀ ਸਾਡਾ ਪਹਿਲਾ ਰੋਲਾ ਆ ਸੀ ਪਹਿਲਾ ਰੋਲਾ ਆ ਸੀ ਮੁੰਡੇ ਦਾ ਸਿਰ ਪਾੜਿਆ ਸੀ ਦੋ ਮਹੀਨੇ ਹੋ ਗਏ ਇਹਨਾਂ ਸਾਡੇ ਨਾਲ ਰਾਜੀਨਾਮਾ ਨਹੀਂ ਕੀਤਾ ਸੀ ਕਹਿੰਦੇ ਜੀ ਰਾਜੀਨਾਮਾ ਕਰ ਲਓ ਇਹ ਕਰਦੇ ਨਹੀਂ ਸੀ ਕਹਿੰਦੇ ਤੇਰੀਆਂ ਲੱਤਾਂ ਵੜਨੀਆਂ ਦੋਵੇਂ ਅਤੇ ਇਸ ਕਰਕੇ ਮੈਨੂੰ ਰੋਕਿਆ ਨਾ ਇਹਨਾਂ ਜੀਤੀ ਵਰਦਾਨ ਵੀ ਧਮਕੀਆਂ ਦਿੰਦੇ ਸੀ ਮੈਨੂੰ ਫੋਨ 'ਤੇ ਵੀ ਕਈ ਕਹਿੰਦੇ ਜੀ ਤੇਰੀਆਂ ਲੱਤਾਂ ਵੜ ਦਾਂਗੇ ਤੂੰ ਪਿੰਡ ਆਇਆ ਤਾਂ ਮੈਂ ਠੇਕੇ ਨਾਲ ਲੱਗਿਆ ਸੀਗਾ ਜੀ ਮੈਨੂੰ ਠੇਕੇ ਨਾਲ ਗੱਡੀ 'ਤੇ ਵੀ ਹਟਵਾ ਦਿੱਤੇ ਮੈਂ ਫੋਨ ਕਰ ਦਿੰਦਾ ਇੱਕ ਹੈਗਾ ਸੀਗਾ ਸੋਮਾ ਹੈਗਾ ਸੀਗਾ ਜੀ ਇੱਕ ਜਗਿੰਦਾ ਹੈਗਾ ਸੀਗਾ ਜੀ ਇੱਕ ਜੀਤੀ ਵਰਦਾਨ ਹੈਗਾ ਸੀਗਾ ਇੱਕ ਦਾ ਮੁੰਡਾ ਹੈਗਾ ਸੀਗਾ ਅਤੇ ਇੱਕ ਹੈਗਾ ਉਹ ਹੈਗਾ ਸੀਗਾ ਉਹਦਾ ਨਾਮ ਕਹਿੰਦਾ ਗੂੜਾ ਹੈਗਾ ਸੀਗਾ ਜੀ ਅਤੇ ਇੱਕ ਮਿੱਠੀ ਹੈਗਾ ਸੀਗਾ ਅਤੇ ਇੱਕ ਮੇਜੀ ਹੈਗਾ ਸੀਗਾ ਲੱਤ ਇੱਕ ਤੋੜਤੀ ਹੈ ਲੱਤ 'ਤੇ ਅਤੇ ਇੱਕ ਦੂਸਰੀ ਲੱਤ 'ਤੇ ਇਹਨਾਂ ਰਾੜਾਂ ਮਾਰੀਆਂ ਅਤੇ ਇੱਕ ਮੇਰੇ ਸਿਰ 'ਤੇ ਮਾਰੀਆਂ ਉਹਨਾਂ ਕੋਲ ਇੱਕ ਕਾਪਾ ਹੈਗਾ ਸੀਗਾ ਜੀ ਅਤੇ ਰਾੜਾਂ ਹੈਗੀਆਂ ਸੀ ਅਤੇ ਉਹਨਾਂ ਜਨਾਨੀਆਂ ਕੋਲ ਟਾਂਬੇ ਟੂੰਬੇ ਦੇ ਸੂਟ ਹੈਗੇ ਸੀ ਮੇਰੇ ਘਰਦੇ ਨੂੰ ਮਾਰਦੇ ਗਏ ਮੇਰੇ ਘਰ ਵਾਲਿਆਂ ਦੇ ਗੇੜ ਦੇ ਵਿੱਚ ਲੱਤਾਂ ਮਾਰੀਆਂ ਅਤੇ ਇੱਕ ਮੈਂ ਜ਼ਖਮੀ ਹੋਇਆ ਅਤੇ ਇੱਕ ਮੇਰੇ ਘਰ ਦੇ ਹੋਏ ਅਸੀਂ ਤਿੰਨ ਜਣੇ ਹੈਗੇ ਸੀਗੇ ਆਈ ਜਾਂਦੇ ਸੀ ਅਸੀਂ ਅਲਟਰਾਸਾਊਂਡ ਕਰਾਉਣੀ ਆਈ ਜਾਂਦੇ ਸੀ ਅਸੀਂ ਹੋਸਪਿਟਲ ਦੇ ਸਰਕਾਰੀ ਅਤੇ ਚਾਚਾ ਹੈਗਾ ਜੀ ਮੇਰਾ ਮੌਕੇ 'ਤੇ ਚਾਚਾ ਪਹੁੰਚ ਆਇਆ ਸੀ ਉੱਤੋਂ ਅਤੇ ਉਹਨਾਂ ਮੈਨੂੰ ਮੇਰੇ ਸਿਰ ਦੇ ਵਿੱਚ ਮਾਰਦੇ ਸੀ ਰਾੜ 'ਤੇ ਉਹਨੇ ਪਕੜਿਆ ਮੈਨੂੰ ਉਹਨਾਂ ਛਡਾਇਆ ਹੋਰ ਇੱਕ ਦੋ ਜਣੇ ਸੀਗੇ ਉਹਨਾਂ ਛਡਾਇਆ ਸਾਰਾ ਪਿੰਡ ਵਹਿੰਦਾ ਸੀਗਾ ਜੀ ਅਤੇ ਮੁੜ ਕੇ ਨਾ ਆਪਦੇ ਸੀਸੇ ਪੁਲਿਸ ਆਈ ਆ ਮੁੜ ਕੇ ਨਾ ਆਪਦੇ ਸੀਸੇ ਤੋੜ ਦਿੱਤੇ ਆਪੇ ਗੇਟ ਵੀ ਤੋੜਤਾ ਸੀਗਾ ਸਾਰਾ ਪਿੰਡ ਵੇਖੀ ਜਾਂਦਾ ਸਾਡੇ ਨਾਲ ਸਾਰਾ ਪਿੰਡ ਗਵਾਹ ਹੀ ਅਤੇ ਇਹ ਮੈਂ ਆਪਦੀ ਉਂਗਲਾਂ ਵੱਢ ਕੇ ਦਾਖਲ ਹੋ ਗਿਆ ਉਲਟਾ ਜਨਾਨੀਆਂ ਦੀਆਂ ਮੈਂ ਆਪਦੀਆਂ ਨੂੰ ਕੱਪੜੇ ਫੜ ਲਿਆ ਆਪੇ ਸਾਰਾ ਪਿੰਡ ਵੇਖੀ ਜਾਂਦਾ ਸਾਡੇ ਪਿੰਡ ਸਾਰਾ ਨਾਲ ਗਵਾਹ ਹੀ ਮਾਇਲਾਂ ਦੇ ਮੁੰਡੇ ਸਾਰੇ ਗਵਾਹ ਨੇ ਸਾਡੇ ਨਾਲ ਆ ਅਸੀਂ ਇਨਸਾਫ ਚਾਹੀਦੇ ਜਿਹੜੇ ਮੇਰੇ ਘਰ ਵਾਲੀ ਨੂੰ ਕੁੱਟਮਾਰ ਹੋਈ ਹੈ ਮੈਨੂੰ ਹੋਈ ਹੈ ਸਾਨੂੰ ਇਨਸਾਫ ਚਾਹੀਦੇ ਸਖ਼ਤ ਸਜ਼ਾ ਮਿਲਣੀ ਚਾਹੀਦੀ ਅਸੀਂ ਵੀਰੇ ਆਉਂਦੇ ਪਏ ਅਸੀਂ ਦਵਾਈ ਲੈਣ ਮੇਰੇ ਅਲਟਰਾਸਾਊਂਡ ਕਰਾਉਣ ਅਤੇ ਟੈਸਟ ਕਰਵਾਉਣੇ ਸੀ ਮੇਰੇ ਤੋਂ ਸਰਕਾਰੀ ਅਤੇ ਮੇਰਾ ਪਤੀ ਅਤੇ ਮੈਂ ਅਤੇ ਮੇਰੀ ਨਾਨ ਹੈਗੀ ਸੀ ਅਸੀਂ ਆਉਂਦੇ ਪਏ ਸੀ ਉੱਥੇ ਇਹਨਾਂ ਰਾਹ 'ਚ ਫੜ ਲਿਆ ਸੱਤ ਜਣੇ ਹੈਗੇ ਸੀ ਬੁੜੀਆਂ ਬੰਦੇ ਸਾਰੇ ਇਕੱਠੇ ਹੋ ਗਏ ਅਤੇ ਇਹਨੂੰ ਲੰਮਾ ਪਾ ਲਿਆ ਮਾਰਨ ਲੱਗ ਗਏ ਮੇਰੇ ਉੱਤੇ ਡਿੱਗ ਗਈ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ ਜਦੋਂ ਮੇਰੇ ਉੱਤੇ ਡਿੱਗ ਗਏ ਉਹਨਾਂ ਮੈਨੂੰ ਵੀ ਮਾਰੀਆਂ ਲੱਤਾਂ ਮੇਰੇ ਵੱਖੀ 'ਚ ਮੇਰੇ ਪੇਟ 'ਚ ਮਾਰੀਆਂ ਮੇਰੇ ਜੁੰਡੇ ਪੱਟ ਕੇ ਮੈਨੂੰ ਉੱਪਾ ਸੀ ਉਹਨਾਂ ਦੀ ਬੁੜੀਆਂ ਜਨਾਨੀਆਂ ਨੇ ਕੀਤਾ ਮੈਨੂੰ ਉਹਦੇ ਬਾਅਦ ਬੇਸੂਰਤ ਹੋ ਗਏ ਮੈਨੂੰ ਪਤਾ ਨਹੀਂ ਰਿਹਾ ਅਤੇ ਉਦੋਂ ਬਾਅਦ ਬੜੀ ਮਾੜੀ ਹਾਲਤ ਕੀਤੀ ਮੈਂ ਨਹੀਂ ਉਦੋਂ ਬਾਅਦ ਮੇਰਾ ਹੁਣ ਪੇਟ 'ਚ ਦਰਦ ਨਹੀਂ ਰੁਕਦਾ ਪਿਆ ਦਵਾਈ ਤਾਂ ਲਈ ਹੈ ਪਰ ਜੇ ਰਮਾਨ ਨਹੀਂ ਆਉਂਦਾ ਮੈਨੂੰ 6 ਮਹੀਨੇ ਲੱਗੇ ਬੱਚਾ ਆਉਣ ਵਾਲਾ ਹੈ ਸਾਨੂੰ ਸਾਹ ਮਿਲਣਾ ਚਾਹੀਦਾ।